ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਏਸੀ ਫ੍ਰਿਜ ਤੋਂ ਲੈ ਕੇ ਕਾਰਾਂ ਤੱਕ ਮਹਿੰਗੀਆਂ ਹੋਣ ਜਾ ਰਹੀਆਂ ਹਨ ਇਹ ਚੀਜ਼ਾਂ ਹੋ ਜਾਓ ਸਾਵਧਾਨ ਤਾਂ ਸਾਡੀ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਰੂਸ ਯੂਕਰੇਨ ਜੁੱਧ ਜ਼ਿਆਦਾ ਦੇਸ਼ਾਂ ਦੇ ਵਿੱਚ ਮਹਿੰਗਾਈ ਵਧਾਏਗਾ ਮੂਡਿਸ ਮੁਤਾਬਿਕ ਵਿਆਜ ਦਰ ਤੋਂ ਲੈ ਕੇ ਵਿਕਾਸ ਦਰ ਤੇ ਅਸਰ ਪਵੇਗਾ ਵੱਖ-ਵੱਖ ਤਰ੍ਹਾਂ ਦੀਆਂ ਧਾਤਾਂ ਦੀ ਕੀਮਤ ਵਧਣ ਕਾਰਨ ਏਸੀ ਫ੍ਰੀਜ ਤੋਂ ਲੈ ਕੇ ਕਾਰਾਂ ਤੱਕ ਦੀਆਂ ਕੀਮਤਾਂ ਵਾਹ ਸਕਦੀਆਂ ਨੇ ਸਟੀਲ ਕੋਲਾ ਤਾਂਬਾ ਵਰਗੀਆਂ ਸਨਤ ਵਿਸਤੂਆਂ ਦੀਆਂ ਕੀਮਤਾਂ ਵਧਨੀਆਂ ਸ਼ੁਰੂ ਹੋ ਗਈਆਂ ਨੇ ਮਿਡਲਸ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਯੁੱਧ ਕਈ ਤਰ੍ਹਾਂ ਦੀਆਂ ਵਸਤੂਆਂ ਦੀ ਸਪਲਾਈ ਲੜੀ ਨੂੰ ਵਿਗਾੜ ਦੇਗਾ ਜਿਸ ਨਾਲ ਜ਼ਿਆਦਾਤਰ ਦੇਸ਼ਾਂ ਵਿੱਚ ਮਹਿੰਗਾਈ ਵਧੇਗੀ ਨਤੀਜਾ ਇਹ ਹੋਏਗਾ ਕਿ ਜ਼ਿਆਦਾਤਰ ਦੇਸ਼ਾਂ ਦੀ ਕੇਂਦਰੀ ਬੈਂਕ ਵਿਆਜ ਦਰਾਂ ਨੂੰ ਵਧਾ ਦੇਣਗੇ ਤੇ ਵਿਕਾਸ ਨੂੰ ਹੋਲੀ ਕਰ ਦੇਣਗੇ ਦੂਜੇ ਪਾਸੇ ਜੰਗ ਕਾਰਨ ਸਟੀਲ ਕੋਲਾ ਤਾਂਬਾ ਐਲੂਮੀਨੀਅਮ ਵਰਗੀਆਂ ਧਾਤਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਇਸ ਨਾਲ ਨਿਰਮਾਣ ਦੀ ਲਾਗਤ ਵਧੇਗੀ ਅਤੇ ਏਸੀ ਫ੍ਰਿਜ ਤੇ ਕਈ ਹੋਰ ਤਰ੍ਹਾਂ ਦੇ ਇਲੈਕਟ੍ਰੋਨਿਕ ਉਪਾਦਾਂ ਦੇ ਨਾਲ-ਨਾਲ ਕਾਰਡ ਦੀ ਕੀਮਤ ਵਧੇਗੀ ਪਿਛਲੇ ਕੱਪ ਤੇ ਵੀ ਸਟੀਲ ਦੀ ਕੀਮਤ ਵਿੱਚ 5000 ਰੁਪਏ ਪ੍ਰਤੀ ਟਨ ਤੇ ਕੋਲੇ ਦੀ ਕੀਮਤ ਵਿੱਚ 20% ਦਾ ਵਾਅਦਾ ਹੋਇਆ ਹੈ ਖਬਰ ਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ